ਤੇ ਕਿੱਦਾਂ ਦੋਸਤੋ, ਹੋਪ ਕਰਦਾ ਤੂੰ ਸਾਰੇ ਵਧੀਆ ਹੋਗੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਬਾਈ ਦੀ ਇੱਕ ਨਵੀਂ ਐਲਬਮ ਦੇ ਕਨਸੈਪਟ, ਉਹਨਾਂ ਦੇ ਆਨ ਅਪਕਮਿੰਗ ਸੌਂਗ ਦੀ ਵੀਡੀਓਜ਼ ਤੇ ਹੋਲੋਗ੍ਰਾਮ ਸ਼ੋਜ਼ ਤੇ ਸ਼ੁਭ ਦੇ ਨੈਕਸਟ ਪ੍ਰੋਜੈਕਟਸ ਦੀ ਵੀ ਗੱਲ ਕਰਾਂਗੇ। ਚਲੀਏ ਸ਼ੁਰੂ ਕਰਦੇ ਹੈਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਰੀਸੈਂਟਲੀ ਇੱਕ ਇਟਾਲੀਅਨ ਸਿੰਗਰ ਜਿਨ੍ਹਾਂ ਦਾ ਨਾਮ ਜਸ ਪ੍ਰੇਨ ਹੈਗਾ, ਉਹਨਾਂ ਨੇ ਆਪਦੇ ਰੀਸੈਂਟ ਟ੍ਰੈਕ ਜ਼ਿਗਜ਼ੈਗ ਦੀ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਨੂੰ ਕਾਇੰਡ ਆਫ ਟ੍ਰਿਬਿਊਟ ਦਿੱਤਾ ਹੈ, ਕਿਉਂਕਿ ਤੁਸੀਂ ਇਹ ਗਾਣੇ ਦੇ ਬੈਕਗ੍ਰਾਉਂਡ ਤੇ ਸਿੱਧੂ ਮੂਸੇਵਾਲੇ ਬਾਈ ਦੀ ਪੋਰਟਰੇਟਸ ਵੇਖ ਸਕਦੇ ਜੇ। ਅੱਜ ਤੋਂ ਕੋਈ 10 ਕੁ ਸਾਲ ਪਿੱਛੇ ਚਲੇ ਜਾਈਏ ਤੇ ਆਪਣੇ ਸਾਰੇ ਸਿੰਗਰ ਹਾਲੀਵੁੱਡ ਤੇ ਰੈਪਰ ਦੀ ਪੋਰਟਰੇਟਸ ਵਾਲੇ ਬੈਕਗ੍ਰਾਉਂਡ ਦੇ ਵਿੱਚ ਲਾਉਂਦੇ ਸੀ, ਬਟ ਹੁਣ ਸਿੱਧੂ ਬਾਈ ਦਾ ਇੰਨਾ ਰੁਤਬਾ ਹੈ ਕਿ ਸਿੱਧੂ ਦੀ ਪੋਰਟਰੇਟਸ ਨੂੰ ਹਾਲੀਵੁੱਡ ਦੇ ਰੈਪਰ ਆਦਿ ਬੈਕਗ੍ਰਾਉਂਡ ਦੇ ਵਿੱਚ ਲਾਉਂਦੇ ਨੇ ਕਿ ਗਾਣਾ ਥੋੜਾ ਜਿਹਾ ਚੱਲ ਜਾਵੇ। ਬਾਕੀ ਹੋਰ ਕਿਸੇ ਵੀ ਪੰਜਾਬੀ ਆਰਟਿਸਟ ਦੀ ਮੈਨੂੰ ਆ ਦਿਓ ਕਿ ਕਿਸੇ ਹਾਲੀਵੁੱਡ ਵਾਲੇ ਨੇ ਗਾਣੇ 'ਚ ਰੋਕਟ ਪਾਇਆ ਹੋਵੇ ਜਾਂ ਬੈਕਗ੍ਰਾਉਂਡ ਤੇ ਕੋਈ ਵੀਡੀਓਜ਼ ਜਾਂ ਕੋਈ ਏਦਾਂ ਦੇ ਡਰੇ ਕਰਕੇ ਟ੍ਰਿਬਿਊਟ ਦਿੱਤੇ ਹੋਣ। ਸੋ ਕੋਈ ਵੀ ਨਹੀਂ ਹੈਗਾ, ਹੁਣ ਸਿੱਧੂ ਮੂਸੇਵਾਲੇ ਬਾਈ ਦੀ ਇੱਕ ਯੂਨੀਕ ਫੈਨ ਕਰਨ ਦੀ ਗੱਲ ਕਰਨੀ ਹੈ ਜਿਹਨੇ ਸਿੱਧੂ ਬਾਈ ਦਾ ਸਕੈਚ ਬਹੁਤ ਹੀ ਡਿਫਰੈਂਟ ਤੇ ਆਰਟਿਸਟਿਕ ਵੇ ਦੇ ਵਿੱਚ ਬਣਾਇਆ ਹੈ। ਇਹ ਤਾਂ ਤੁਸੀਂ ਵੇਖ ਸਕਦੇ ਜੇ ਇਹ ਫੈਨ ਕਰਨ ਨੇ ਸਿੱਧੂ ਬਾਈ ਦਾ ਸਕੈਚ ਆਲੀ ਦੇ ਉੱਤੇ ਰੰਗੋਲੀ ਤੇ ਪਾਣੀ ਦੇ ਨਾਲ ਬਣਾਇਆ ਤੇ ਕਿੱਡਾ ਕੈਂਟ ਤਰੀਕੇ ਦੇ ਨਾਲ ਸਿੱਧੂ ਬਾਈ ਦੀ ਪੋਰਟਰੇਟ ਨੂੰ ਉਹਨੇ ਡਰਾ ਕੀਤਾ। ਸੋ ਇੱਕ ਪਿਓਰ ਕਾਇੰਡ ਆਫ ਆਰਟ ਤੇ ਲਵ ਹੈਗਾ ਜੋ ਸਿੱਧੂ ਬਾਈ ਦੇ ਫੈਨਸ ਉਹਨਾਂ ਨਾਲ ਕਰਦੇ ਨੇ। ਬਿਗ ਰਿਸਪੈਕਟ ਫਾਰ ਦਿਸ ਗਰਲ। ਹੁਣ ਆਪਾਂ ਆਰਨੇਤ ਦੇ ਸਿੱਧੂ ਮੂਸੇਵਾਲੇ ਬਾਈ ਦੀ ਗੱਲ ਕਰ ਰਹੇ ਤੇ ਰੀਸੈਂਟ ਦੀ ਆਰਨੇਤ ਨੇ ਆਪਦੇ ਨਵੇਂ ਸੌਂਗ ਟਰੱਕਾਂ ਵਾਲੇ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਦੋ ਗਾਣੇ ਦੀ ਵੀਡੀਓ ਦੇ ਵਿੱਚ ਟਰੱਕਸ ਦੇ ਉੱਤੇ ਸਿੱਧੂ ਮੂਸੇਵਾਲੇ ਬਾਈ ਦੀ ਪੋਰਟਰੇਟਸ ਇੰਬੋਸਡ ਹੋਈਆਂ ਆਪਾਂ ਵੇਖ ਸਕਦੇ ਹਾਂ। ਸੋ ਤੁਸੀਂ ਟਰੱਕਾਂ ਤੇ ਸਿੱਧੂ ਬਾਈ ਨੂੰ ਵੇਖੋ, ਇਹ ਵੀ ਆਰਨੇਤ ਦੇ ਵੱਲੋਂ ਸਿੱਧੂ ਬਾਈ ਨੂੰ ਯਾਦ ਕਰਦੇ ਇੱਕ ਕਾਇੰਡ ਆਫ ਟ੍ਰਿਬਿਊਟ ਦਿੱਤਾ ਗਿਆ, ਰਿਸਪੈਕਟ ਦਿੱਤੀ ਗਈ। ਹੁਣ ਆਪਾਂ ਰਫਤਾਰ ਨੇ ਹਨੀ ਸਿੰਘ ਨੂੰ ਰੀਸੈਂਟ ਟਰੈਕ ਡਿਸ ਕੀਤਾ, ਉਹਦੀ ਗੱਲ ਕਰ ਲਈਏ। ਇਹ ਕਿਵੇਂ ਹੋ ਗਿਆ? ਰੀਸੈਂਟ ਦੀ ਕਰਮਾ ਦੀ ਇੱਕ ਈਪੀ ਦੇ ਵਿੱਚ ਰਫਤਾਰ ਨਾਲ ਇੱਕ ਫੀਚਰ ਟਰੈਕ ਹੈਗੀ ਸੀ ਕਰਤਾ ਕਿਆ ਹੈ। ਅੱਛਾ, ਉਹ ਟਰੈਕ ਦੇ ਵਿੱਚ ਰਫਤਾਰ ਨੇ ਹਨੀ ਸਿੰਘ ਪਾਜੀ ਨੂੰ ਜੋ ਲੋਰੈਂਸ ਗੈਂਗ ਦੇ ਵੱਲੋਂ ਗੋਲਡੀ ਬਰਾੜ ਦੇ ਵੱਲੋਂ ਧਮਕੀ ਵਾਲੀ ਕਾਲ ਆਈ ਸੀ, ਉਹਨਾਂ ਦੀ ਇੰਟਰਵਿਊ ਸਟੇਟਮੈਂਟ ਸੀ, ਉਹਦੇ ਰਿਪਲਾਈ 'ਚ ਲਾਈਨਸ ਲਿਖੀਆਂ ਨੇ ਜੋ ਕਿ ਪਹਿਲਾਂ ਤੁਸੀਂ ਇੰਟਰਵਿਊ ਵਾਲੀ ਲਾਈਨ ਸੁਣੋ। ਕੰਮ ਕਰੇ ਹੋਏ ਪਰਿਵਾਰ ਕੇ ਸਾਥ ਪੂਰਾ ਪਰਿਵਾਰ ਰਹੋ ਯਾਰ। ਹੁਣ ਤੁਸੀਂ ਰਫਤਾਰ ਦੇ ਗਾਣੇ ਦੀ ਲਾਈਨ ਸੁਣੋ। ਕਾਨੂੰ ਮੇਂ ਯੇ ਗੁੰਡਾ ਘਰ ਪੇ ਡਰਕਾ ਹੈ ਮਾਹੌਲ। ਤੋ ਇੱਥੇ ਰਫਤਾਰ ਹਨੀ ਸਿੰਘ ਪਾਜੀ ਦੀ ਗਲੋਰੀ ਐਲਬਮ ਨੂੰ ਵੀ ਟ੍ਰੋਲ ਕਰ ਰਹੇ ਨੇ ਗਲੋਰੀ ਕਹਿ ਕੇ। ਤੂੰ ਕਬਰ ਦੂੰ ਗਲੋਰੀ ਹੋਲ। ਹੁਣ ਆਪਾਂ ਆਲੀਆ ਭੱਟ ਤੇ ਕਰਨ ਔਜਲਾ ਦੀ ਗੱਲ ਕਰਨੀ ਤੇ ਰੀਸੈਂਟਲੀ ਆਲੀਆ ਭੱਟ ਨੇ ਕਰਨ ਔਜਲਾ ਬਾਈ ਦੀ ਸੌਫਟਵੇਅਰ ਟਰੈਕ ਨੂੰ ਆਦੇ ਇੰਸਟਾਗ੍ਰਾਮ ਤੇ ਆਦੀ ਪੋਰਟਰੇਟ ਸ਼ੇਅਰ ਕਰਦੇ ਹੋਇਆ ਲਾਇਆ। ਉਹ ਤਾਂ ਪੰਗੇ ਲੱਗਦੇ ਆ, ਉਹਨੂੰ ਚੰਗੇ ਲੱਗਦੇ ਆ। ਤੇ ਪੰਜਾਬੀਆਂ ਦੀ ਚੜਾਈ ਹੁਣ ਬਾਲੀਵੁੱਡ ਵਾਲਿਆਂ ਦੇ ਦਿਲਾਂ ਤੱਕ ਬਣ ਗਈ ਹੈ। ਬਾਤ ਸਹੀ ਹੈ, ਬਾਲੀਵੁੱਡ ਦੀ ਕਿਸੇ ਵੀ ਪੋਸਟ 'ਚ ਪੰਜਾਬੀ ਗਾਣਾ ਨਾ ਲੱਗੇ ਇਹ ਹੋ ਨਹੀਂ ਸਕਦਾ। ਕਰਨ ਔਜਲਾ ਦੀ ਗੱਲ ਹੋ ਰਹੀ ਤੇ ਕਰਨ ਔਜਲਾ ਐਕਸ ਕ੍ਰਿਸ਼ਨਾ ਦੀ ਨਿਊ ਕੋਲੈਬ ਆਫਟਰ ਯੂ ਨੋ ਵਾਟ ਆਈ ਮੀਨ ਤੋਂ ਬਾਅਦ ਜਿਹੜੀ ਰਿਲੀਜ਼ ਕਰੀ ਜਾਣੀ ਉਹਦੇ ਬਾਰੇ ਕ੍ਰਿਸ਼ਨਾ ਨੇ ਆਪਦੇ ਨਵੇਂ ਇੰਸਟਾਗ੍ਰਾਮ Q&A 'ਚ ਹਿੰਟ ਦਿੱਤਾ। ਜਦੋਂ ਉਹਦੇ ਕੋਲ ਪੁੱਛਿਆ ਗਿਆ ਕਿ ਕਰਨ ਔਜਲਾ ਨਾਲ ਤੁਸੀਂ ਕੋਈ ਇੱਕ ਹੋਰ ਟਰੈਕ ਕਰੋਗੇ, ਕ੍ਰਿਸ਼ਨਾ ਨੇ ਜਵਾਬ ਦਿੱਤਾ ਕਿ ਹੋਪਫੁਲੀ ਸੂਨ, ਮੈਨੂੰ ਖੁਸ਼ੀ ਹੈ ਕਿ ਕਰਨ ਔਜਲਾ ਨੇ ਜੋ ਹੁਣ ਤੀਕਰ ਅਚੀਵ ਕਰ ਲਿਆ। ਸੋ ਇੱਥੇ ਉਹ ਇਹ ਵੀ ਦੱਸ ਰਹੇ ਨੇ ਕਿ ਕਰਨ ਔਜਲਾ ਨਾਲ ਉਹਨਾਂ ਦੀ ਕੋਈ ਟਰੈਕ ਆ ਸਕਦੀ। ਕਰਨ ਔਜਲਾ ਦੀ ਗੱਲ ਹੋ ਰਹੀ ਤੇ ਕਰਨ ਔਜਲਾ ਦੇ ਫੇਵਰੇਟ ਆਰਟਿਸਟ ਸਾਹਿਲ ਚੀਮਾ ਦੀ ਗੱਲ ਕਰ ਲਈਏ। ਰੀਸੈਂਟਲੀ ਸਾਹਿਲ ਬਾਈ ਨੇ ਆਦੀ ਇੱਕ ਟਰੈਕ ਦੀਵਾਨਾ ਰਿਲੀਜ਼ ਕੀਤੀ, ਬਾਰੀ ਓ ਕੈਂਟ, ਰੋਮਾਂਟਿਕ ਐਨਰਜੈਟਿਕ ਟਰੈਕ ਬੋਸ ਜੀ। ਇੱਕਦਮ ਮੇਰੇ ਚੈਨਲ ਦੇ ਸਿੱਧੂ ਮੂਸੇਵਾਲੇ ਬਾਈ ਦੇ ਲਵਰ ਤੇ ਕਰਨ ਔਜਲਾ ਦੇ ਚਾਹਣ ਵਾਲੇ ਜਿੰਨੇ ਵੀ ਵਿਊਅਰਸ ਵੇਖ ਰਹੇ ਨੇ ਵੀਡੀਓ, ਸਾਰਿਆਂ ਨੂੰ ਰਿਕਵੈਸਟ ਕਿ ਗਾਣੇ ਨੂੰ ਇੱਕ ਵਾਰੀ ਅਗੇਨ ਜਾ ਕੇ ਸੁਣੋ। ਭਾਈ ਨੇ ਬੋਲਿਆ ਕਰਨੇਗਾ ਤੋ ਕਰਨੇਗਾ, ਨਾਲ ਜੇ ਗਾਣਾ ਤੁਹਾਨੂੰ ਵਧੀਆ ਲੱਗੇ ਜੋ ਕਿ ਸ਼ੋਰ ਨਹੀਂ ਲੱਗੇਗਾ ਤਾਂ ਤੁਸੀਂ ਇੰਸਟਾਗ੍ਰਾਮ ਤੇ ਜਾ ਕੇ ਇਹ ਗਾਣੇ ਤੇ ਰੀਲਾਂ ਬਣਾਓ। ਮੈਨੂੰ ਤੇ ਸਾਹਿਲ ਬਾਈ ਨੂੰ ਟੈਗ ਕਰਿਆ ਜੇ, ਸਾਹਿਲ ਬਾਈ ਨੂੰ ਮੈਂ ਵੀ ਰਿਕਵੈਸਟ ਕਰਾਂਗਾ ਕਿ ਤੁਹਾਡੀ ਜ਼ਿਆਦਾ ਤੋਂ ਜ਼ਿਆਦਾ ਰੀਲਾਂ ਆਪਦੇ ਅਕਾਊਂਟ ਤੇ ਸ਼ੇਅਰ ਕਰਨ ਤੇ ਕਰਨ ਔਜਲਾ ਬਾਈ ਸਾਹਿਲ ਨੂੰ ਫਾਲੋ ਕਰਦੇ ਨੇ ਤੇ ਸਾਹਿਲ ਦੀ ਸਟੋਰੀਆਂ ਵੀ ਵੇਖਦੇ ਹੋਣਗੇ। ਹਾਂ ਬਿਲਕੁਲ, ਤੁਹਾਡੀ ਵੀਡੀਓਜ਼ ਕਰਨ ਔਜਲਾ ਤੱਕ ਵੀ ਪਹੁੰਚ ਸਕਦੀਆਂ ਨੇ। ਹੀਰਿਆਂ ਦੀ ਮੰਡੀ ਵਿੱਚ ਸੋਨਾ ਕਿੱਥੇ ਵੇਚਦਾ ਏ ਮਾੜਾ ਧੀੜਾ ਗਾਣਾ ਕਦੋਂ ਯਾਰ ਤੇਰਾ ਲੈਖਦਾ।
ਹੁਣ ਆਪਾਂ ਸਿੱਧੂ ਮੂਸੇਵਾਲੇ ਬਾਈ ਦੇ ਹੋਲੋਗ੍ਰਾਮ ਸ਼ੋਜ਼ ਦੀ ਗੱਲ ਕਰ ਲਈਏ ਤੇ ਰੀਸੈਂਟ ਦੀ ਸਿੱਧੂ ਬਾਈ ਦੇ ਫਾਦਰ ਜੀ ਨੇ ਇੱਕ ਹਿੰਟ ਦਿੱਤਾ ਦਾ ਹੋਲੋਗ੍ਰਾਮ ਤਿਆਰ ਹੋ ਜਾਊ। ਉਸ ਤੋਂ ਪਹਿਲੇ ਗੱਲ ਕਰ ਲਈਏ ਤੇ ਸਿੱਧੂ ਬਾਈ ਦੇ ਅੰਕਲ ਜੀ ਨੇ ਇੱਕ ਹਿੰਟ ਦਿੱਤਾ ਸੀ ਹੋਲੋਗ੍ਰਾਮ ਜਨਵਰੀ ਫਰਵਰੀ 2025 ਚ ਲੱਗ ਜਾਣਗੇ। ਇੱਥੇ ਉਹਦੇ ਜਿਹੜੇ ਸ਼ੋਅ ਬੁੱਕ ਸੀ ਉੱਥੇ ਲੇਜਰ ਸ਼ੋਅ ਹੋਣਗੇ, ਜਨਵਰੀ ਫਰਵਰੀ ਤੱਕ ਤਿਆਰ ਹੋ ਜਾਊਗਾ। ਇਹ ਹੋਲੋਗ੍ਰਾਮ ਸ਼ੋਅ ਸੇਮ ਟੂ ਪਾਕ ਦੇ ਸ਼ੋਜ਼ ਦੇ ਵਾਂਗ ਹੋਣਗੇ। ਕਿੱਦਾਂ ਰੀਅਲ ਵਾਈਬ ਆ ਰਹੀ ਕਿ ਜਿਵੇਂ ਰੀਅਲ ਟੂ ਪਾਕ ਆ ਕੇ ਪਰਫਾਰਮ ਕਰ ਰਿਹਾ ਹੋਵੇ ਜੀ, ਸੇਮ ਇਹਦੇ ਵਰਗੇ, ਬਲਕਿ ਇਹਨਾਂ ਤੋਂ ਵੀ ਇੰਪਰੂਵਡ ਸਿੱਧੂ ਮੂਸੇਵਾਲੇ ਬਾਈ ਦੇ ਹੋਲੋਗ੍ਰਾਮ ਸ਼ੋਜ਼ ਹੋਣਗੇ, ਕਿਉਂਕਿ ਹੁਣ ਟੈਕਨੋਲੋਜੀ ਬੜੀ ਇੰਪਰੂਵ ਹੋ ਗਈ ਹੈ, AI ਆ ਗਈ ਹੈ। ਬਾਤ ਸਹੀ ਹੈ। ਜਿਵੇਂ ਸਨੂਪ ਡੋਗ ਨਾਲ ਟੁਪਾਕ ਨੇ ਸਟੇਜ ਸ਼ੇਅਰ ਕੀਤਾ ਹੈ, ਮੈਂ ਵੀ ਸਿੱਧੂ ਮੂਸੇਵਾਲੇ ਬਾਈ ਨਾਲ ਸਟੀਲ ਬੈਂਗਲਸ ਦਾ ਕਿਡ ਜਾਂ ਹੋਰ ਸਿੱਧੂ ਬਾਈ ਨੇ ਜਿਹੜੇ ਬਾਹਲੇ ਕਲੋਜ਼ ਆਰਟਿਸਟ ਹੈਗੇ ਸਨ ਉਹ ਸਟੇਜ ਸ਼ੇਅਰ ਵੀ ਕਰਨ। ਮੈਂ ਵੀ UK USA ਵਾਲੀ ਸਾਈਡ ਤੇ ਬਰਨਾ ਬੋਏ ਵੀ ਸਿੱਧੂ ਬਾਈ ਦੇ ਹੋਲੋਗ੍ਰਾਮ ਸ਼ੋਜ਼ ਨੂੰ ਜੁਆਇਨ ਕਰਨ। ਕੁਝ ਵੀ ਹੋ ਸਕਦਾ ਯਾਰ, ਇਹ ਸ਼ੋਜ਼ ਇੰਨੇ ਕੁ ਰਜਿਸਟਰਡ ਹੋਣਗੇ ਕਿ ਤੁਹਾਨੂੰ ਫੀਲ ਹੀ ਨਹੀਂ ਹੋਏਗਾ ਕਿ ਸਿੱਧੂ ਬਾਈ ਰੀਅਲ ਹੈਗੇ ਨੇ ਜਾਂ ਇਹ ਕੋਈ ਹੋਲੋਗ੍ਰਾਮ ਪ੍ਰੈਜੈਂਟੇਸ਼ਨ ਹੈਗੀ, ਕਿਉਂਕਿ ਇਹਦੇ ਚ ਲਾਈਵ ਟਾਕ ਵੀ ਹੋਏਗੀ AI ਵਾਇਸ ਦੇ ਜ਼ਰੀਏ ਸਿੱਧੂ ਬਾਈ ਦੀ। ਮੁੱਕਿਆ ਨਹੀਂ ਹੁਣ ਸ਼ੁਭ ਦੀ ਗੱਲ ਕਰ ਲਈਏ ਤੇ ਰੀਸੈਂਟਲੀ ਸ਼ੁਭ ਬਾਈ ਕਾਫੀ ਹਿੱਟਸ ਡ੍ਰੌਪ ਕਰ ਰਹੇ ਨੇ ਆਪਦੇ ਅਪਕਮਿੰਗ ਪ੍ਰੋਜੈਕਟਸ ਦੇ। ਇਸ ਦਾ ਮਤਲਬ ਹੈ ਇਹ ਲਈ ਇੱਕ ਵੱਡਾ ਹਿੰਟ ਆਇਆ ਜਿਹਨੂੰ ਕਿ ਮੈਂ ਕੋਈ ਵਿਜ਼ੂਅਲਾਈਜ਼ ਕਰਕੇ ਤੁਹਾਨੂੰ ਨਹੀਂ ਦੱਸ ਸਕਦਾ। ਕਿਉਂ ਨਹੀਂ, ਬਟ ਇੰਨਾ ਕੋ ਹਿੰਟ ਦੇ ਸਕਦਾ ਕਿ ਨੈਕਸਟ ਮੰਥ ਸ਼ੁਭ ਬਾਈ ਦੇ 80-90% ਚਾਂਸਸ ਨੇ ਕਿ ਨਵਾਂ ਪ੍ਰੋਜੈਕਟ ਰਿਲੀਜ਼ ਕੀਤਾ ਜਾਵੇ। ਕੋਈ ਸ਼ੱਕ ਨਹੀਂ, ਕਰੀ ਚੈੱਕ ਨਹੀਂ। ਹੁਣ ਸਿੱਧੂ ਮੂਸੇਵਾਲੇ ਬਾਈ ਦੀ ਇੱਕ ਐਲਬਮ ਕਨਸੈਪਟ ਦੀ ਗੱਲ ਕਰ ਲਈਏ ਤੇ ਆਪਾਂ ਇੱਕ ਪਹਿਲੇ ਵੀ ਵੀਡੀਓ 'ਚ ਇਹ ਗੱਲ ਕਰ ਚੁੱਕੇ ਕਿ ਸਿੱਧੂ ਬਾਈ ਦੇ ਗ੍ਰਾਫ ਨੂੰ ਬੂਸਟ ਕਰਨ ਵਾਸਤੇ ਸਿੱਧੂ ਮੂਸੇਵਾਲੇ ਦੀ ਕੋਈ ਐਲਬਮ ਜਾਂ EP ਰਿਲੀਜ਼ ਕਰਨੀ ਚਾਹੀਦੀ। ਸਹੀ ਕਹਿ ਰਹੇ ਹੋ ਸਰ ਆਪ। ਸੋ ਇਹਦੇ ਵਿੱਚ ਵੀ ਆਪਾਂ ਉਹੀ ਲੀਕਡ ਗਾਣੇ ਵਾਲਾ ਕਨਸੈਪਟ ਲੈ ਕੇ ਆਏ ਕਿ ਸਿੱਧੂ ਬਾਈ ਦੀ ਕੋਈ ਐਲਬਮ ਰਿਲੀਜ਼ ਕਰੀ ਜਾਵੇ ਜਿਹਦੇ 'ਚ ਕੋਈ 8-9 ਲੀਕਡ ਗਾਣੇ ਹੋਣ, ਫਰੈਸ਼ ਗਾਣਾ ਚਾਹੇ ਨਾ ਵੀ ਪਾਉਣ, ਬਟ ਇੱਦਾਂ ਦੀ ਕੋਈ ਐਲਬਮ ਸਿੱਧੂ ਬਾਈ ਦੇ ਪੇਰੈਂਟਸ ਦੀ ਟੀਮ ਨੂੰ ਰਿਲੀਜ਼ ਕਰਨੀ ਚਾਹੀਦੀ ਸਿੱਧੂ ਬਾਈ ਦੇ ਗ੍ਰਾਫ ਨੂੰ ਅਗੇਨ ਬੂਸਟ ਦੇਣ ਵਾਸਤੇ, ਕਿਉਂਕਿ ਤੁਸੀਂ ਵੇਖੋ ਸਿੱਧੂ ਬਾਈ ਸਪੋਟੀਫਾਈ ਦੇ 4th ਆਰਟਿਸਟ ਬਣ ਗਏ ਨੇ। ਅਗਰ ਕੋਈ ਐਲਬਮ ਜਾਂ EP ਇੱਦਾਂ ਦੀ ਡ੍ਰੌਪ ਕਰਤੀ ਜਾਂਦੀ ਤੇ ਲਿਸਨਰ ਤਾਂ ਇੰਪਰੂਵ ਹੋਣਗੇ, ਨਾਲ ਹੀ ਨਾਲ ਆਪਾਂ ਨੂੰ ਸਿੱਧੂ ਬਾਈ 4th ਨੰਬਰ ਤੋਂ ਮੈਂ ਵੀ 3rd-2nd ਨੰਬਰ ਤੇ ਆ ਜਾਣ ਜਾਂ ਪਹਿਲੇ ਤੇ ਵੀ ਆ ਸਕਦੇ ਨੇ ਜੀ। ਸੋ ਐਲਬਮ ਦਾ ਕਨਸੈਪਟ ਇਹ ਹੈ ਕਿ ਇਹਦੇ 'ਚ ਕੁਝ ਟਰੈਕਸ ਜੋ ਕਿ ਲੀਕਡ ਹੈਗੀਆਂ ਨੇ, ਜਿਨ੍ਹਾਂ 'ਚੋਂ ਕਾਲੀ ਹੁੜੀ ਟਰੈਕ, ਦੇਖੀ ਚੱਲ ਟਰੈਕ, ਬਰੂਦ ਸੌਂਗ, ਪੰਜਾਬ ਸੌਂਗ ਜੋ ਕਿ ਆਲਰੇਡੀ ਰਿਲੀਜ਼ ਹੋਇਆ ਹੋਇਆ ਸੀ, ਲਵ ਮੀ ਔਰ ਹੇਟ ਮੀ ਜਿਹਦਾ ਸਿੱਧੂ ਬਾਈ ਨੇ ਸਨਿਪ ਸੁਣਾਇਆ ਸੀ, ਫੈਂਟਮ ਸੌਂਗ ਆਲਰੇਡੀ ਰਿਲੀਜ਼ ਕੀਤਾ ਹੋਇਆ, ਹਸਦਰ ਸੌਂਗ ਜਿਹਦਾ ਸਿੱਧੂ ਬਾਈ ਨੇ ਸਨਿਪ ਸੁਣਾਇਆ ਹੋਇਆ ਹੈ, ਤੇ ਰੀਇਨਕਾਰਨੇਸ਼ਨ ਵਰਗੇ ਰੀਵਰਸ ਕਦੋਂ ਆਉਣਾ, ਰੀਵਰਸ ਕੋ 8-9 ਗਾਣੇ ਪਾ ਕੇ ਐਲਬਮ ਰਿਲੀਜ਼ ਕਰੀ ਜਾ ਸਕਦੀ ਜੀ। ਪਰ ਗਾਣੇ ਬਹੁਤ ਆ ਰਹੇ ਨੇ ਡਾਲਿੰਗ, ਹਨਾ ਗਾਣੇ, ਯਾਨੀ ਕਿ ਟੈਨਸ਼ਨ ਨਾ ਲਓ, ਰੂਹ ਖੁਸ਼ ਕਰ ਦਿਆਂਗੇ। ਹੋਰ ਸਿੱਧੂ ਮੂਸੇਵਾਲੇ ਬਾਈ ਦੇ ਜਿਹੜੇ ਅਪਕਮਿੰਗ ਸੌਂਗ ਨੇ ਜਿਨ੍ਹਾਂ ਸਿੱਧੂ ਬਾਈ ਦੀ ਰੀਅਲ ਵੀਡੀਓ ਹੈਗੀ ਅਟੈਚ ਗਾਣੇ ਦੇ ਬਾਅਦ, ਉਹਨਾਂ ਦੀ ਗੱਲ ਕਰਨੀ ਹੈ। ਚਲੋ ਬਾਈ, ਇਹ 3 ਪ੍ਰੋਜੈਕਟ ਤੁਹਾਨੂੰ ਕਨਫਰਮ ਦੱਸਣਾ ਜਿਨ੍ਹਾਂ 'ਚ ਫੈਂਟਮ ਦੀ ਮਿਊਜ਼ਿਕ ਵੀਡੀਓ ਰਿਕਾਰਡਿਡ ਹੈਗੀ, ਮਾਫੀਆ ਸਟਾਈਲ ਦੀ ਮਿਊਜ਼ਿਕ ਵੀਡੀਓ ਰਿਕਾਰਡਿਡ ਹੈਗੀ, ਕਾਲੀ ਹੁੱਡੀ ਸੌਂਗ ਦੀ ਮਿਊਜ਼ਿਕ ਵੀਡੀਓ ਰਿਕਾਰਡਿਡ ਹੈਗੀ, ਤੇ 3-4 ਗਾਣੇ ਐਸੇ ਨੇ ਜਿਨ੍ਹਾਂ ਦੀ ਮਿਊਜ਼ਿਕ ਵੀਡੀਓ ਰਿਕਾਰਡ ਹੈ ਬਟ ਉਹ ਹਲੇ ਅਨਰਿਵੀਲਡ ਹੈਗੇ ਨੇ। ਸੋ ਘੱਟੋ ਘੱਟ ਸਿੱਧੂ ਬਾਈ ਦੇ 7-8 ਗਾਣੇ ਜਿਨ੍ਹਾਂ ਦੀ ਮਿਊਜ਼ਿਕ ਵੀਡੀਓ ਆਲਰੇਡੀ ਬਣੀ ਹੋਈ ਹੈ ਉਹ ਵੀ ਤੁਹਾਨੂੰ ਸੁਣਾਈ ਜਾਏਗੀ ਇਨ ਦਾ ਫਿਊਚਰ ਸੋਨ। ਅਭੀ ਮਜ਼ਾ ਆਏਗਾ ਨਾ ਵੀਡੀਓ।